ਸੂਈਆਂ ਗੱਲਾਂ ਸੁਣੀਆਂ ਜੋ ਕੁਝ ਤੁਸੀਂ ਇੱਥੇ ਆਖਿਆ ਗਾਉਂ ਕੇ ਦੱਸਿਆ ਉਹਦਾ ਵੀ ਬੜਾ ਠੱਟ ਆਇਆ। ਇੰਨੀਆਂ ਸ਼ਾਨਦਾਰ ਗੱਲਾਂ ਸਨ ਕਿ ਸਾਡੀ ਹਯਾਤੀ ਦਾ ਬਿਲਕੁਲ ਨਿਚੋੜ ਕੱਢ ਕੇ ਰੱਖ ਦਿੱਤਾ ਹੈ ਅਤੇ ਮੈਂ ਉਸ ਨਿਚੋੜ ਦਾ ਜ਼ਿਕਰ ਥੋੜ੍ਹਾ ਥੋੜ੍ਹਾ ਕਰਾਂਗਾ। ਮਰਨੇ ਕੇ ਬਾਅਦ ਸਭ ਨੇ ਹੀ ਅੱਛਾ ਕਿਹਾ ਮੁਝੇ, ਮਰਨੇ ਕੇ ਬਾਅਦ ਸਭ ਨੇ ਹੀ ਅੱਛਾ ਕਿਹਾ ਮੁਝੇ, ਤੁਝੇ ਇਹ ਜ਼ਿੰਦਗੀ ਲਾਉਂ ਕਹਾਂ ਸੇ। ਕਾਸ਼ ਕੇ ਇਹ ਗੱਲਾਂ ਜਿਹੜੀਆਂ ਭਾਅ ਜੀ ਦੇ ਬਾਰੇ ਅਸੀਂ ਆਖੀਆਂ ਨੇ ਉਹਨਾਂ ਦੀ ਜ਼ਿੰਦਗੀ 'ਚ ਉਹਨਾਂ ਦੇ ਮੂੰਹ 'ਤੇ ਕੋਈ ਦੱਸ ਦਿੰਦਾ, ਮੈਨੂੰ ਪਤਾ ਕਈਆਂ ਨੇ ਦੱਸਿਆ ਉਹਨਾਂ, ਪਰ ਇੱਕ ਰੂਹ ਨੂੰ ਸ਼ਾਂਤੀ ਮਿਲਦੀ ਹੈ ਜਦੋਂ ਤੁਹਾਡੀਆਂ ਗੱਲਾਂ ਨੂੰ ਕੋਈ ਅਪਰੀਸ਼ੀਏਟ ਕਰੇ ਅਤੇ ਦੱਸੇ। ਉਸ ਵੇਲੇ ਮਾਂ ਬਾਪ ਨੂੰ ਅਸੀਂ ਬਹੁਤ ਯਾਦ ਕਰਦੇ ਹਾਂ, ਲੇਕਿਨ ਉਹਨਾਂ ਦੀ ਹਯਾਤੀ 'ਚ ਸ਼ਾਇਦ ਅਸੀਂ ਉਹਨਾਂ ਨੂੰ ਇੰਨਾ ਦੱਸ ਨਹੀਂ ਸਕਦੇ। ਡੈਡੀ ਜੀ ਆਈ ਲਵ ਯੂ, ਮਾਤਾ ਜੀ ਆਈ ਲਵ ਯੂ, ਸ਼ਾਇਦ ਸਾਡੇ ਕਲਚਰ 'ਚ ਇਹ ਗੱਲਾਂ ਕੋਈ। ਮੈਂ ਸ਼ਿੰਗਾਰਾ ਸਾਹਿਬ ਨੂੰ ਕਦੀ ਸ਼ਿੰਗਾਰਾ ਸਾਹਿਬ ਨਹੀਂ ਆਖਿਆ, ਕਿਉਂਕਿ ਬਾਜੀ ਉਹਨਾਂ ਨੂੰ ਰਿਫਰ ਕਰਦੇ ਹੁੰਦੇ ਸਨ ਸਿੰਘ ਜੀ, ਅਤੇ ਮੈਂ ਉਹਨਾਂ ਨੂੰ ਹਮੇਸ਼ਾ ਬਾਜੀ ਕਹਿੰਦਾ ਸੀ। ਜਦੋਂ ਪਹਿਲੀ ਵਾਰ ਉਹਨਾਂ ਨੂੰ ਟੱਕਰਨਾ ਤਾਂ ਉਹਨਾਂ ਡਾਕਟਰ ਸਾਹਿਬ ਕਹਿਣਾ, ਉਹਦੇ ਬਾਅਦ ਮਹਾਰਾਜ, ਆਹ ਮਹਾਰਾਜ, ਮਹਾਰਾਜ ਮਤਲਬ ਇੰਨਾ ਚਾਅ ਚੜ੍ਹ ਜਾਣਾ ਉਹਨਾਂ ਨੂੰ ਜਦੋਂ ਮੈਂ ਉਹਨਾਂ ਨੂੰ ਕਾਲ ਕਰਨਾ ਕਿ ਮੈਂ ਆ ਰਿਹਾ ਹਾਂ, ਅਤੇ ਉਹਨਾਂ ਦੀ ਬੜਾ ਚਾਅ ਚੜ੍ਹ ਜਾਣਾ ਉਹਨਾਂ ਨੂੰ ਆ ਕੇ ਦਰਵਾਜ਼ਾ ਖੋਲ੍ਹਣਾ, ਦਰਵਾਜ਼ਾ ਖੋਲ੍ਹ ਕੇ ਮੈਨੂੰ ਜਾ ਕੇ ਬਿਠਾਉਣਾ, ਤੁਸੀਂ ਬਹੋ ਆ ਕਰੋ ਖਿਦਮਤ ਉਹਨਾਂ ਕਰਨੀ, ਅਤੇ ਉਹਨਾਂ ਨੂੰ ਚਾਅ 'ਤੇ ਚੜ੍ਹਿਆ ਹੁੰਦਾ ਸੀ ਅਤੇ ਮੈਨੂੰ ਆਪ ਬੜਾ ਚਾਅ ਚੜ੍ਹਦਾ। ਜਿਹੜੀਆਂ ਗੱਲਾਂ ਅੱਜ ਅਸਾਂ ਸੁਣੀਆਂ ਨੇ ਬੜੀਆਂ ਸੋਹਣੀਆਂ ਸੁਣੀਆਂ ਨੇ, ਹੁਣ ਅਸੀਂ ਸਿਰਫ ਉਹਨਾਂ ਦੀ ਜ਼ਿੰਦਗੀ ਨੂੰ ਸੈਲੀਬ੍ਰੇਟ ਕਰਦੇ ਹਾਂ। ਅਸੀਂ ਉਹਨਾਂ ਨੂੰ ਕੀ ਦਿੱਤਾ ਹੈ, ਕੀ ਦੇ ਰਹੇ ਹਾਂ। ਮੁੱਠੀਓ ਮੇ ਖਾਕ ਲੈ ਕਰ ਦੋਸਤ ਆਏ ਵਕਤੇ ਦਫਨ, ਮੁੱਠੀਓ ਮੇ ਖਾਕ ਲੈ ਕਰ ਦੋਸਤ ਆਏ ਵਕਤੇ ਦਫਨ, ਉਮਰ ਭਰ ਕੀ ਦੋਸਤੀ ਕਾ ਯੇ ਸਲਾਹ ਦੇਣੇ ਲਗੇ। ਹਾਜ਼ਰੀ ਦੇਣਾ ਬੜੀ ਗੱਲ ਹੈ, ਸ਼ਾਇਦ ਇਹਦੇ ਇਲਾਵਾ ਸਾਡੇ ਬੱਸ 'ਚ ਵੀ ਕੁੜੀ, ਅਤੇ ਜਿਹੜਾ ਟਾਈਮ ਅਸਾਂ ਉਹਨਾਂ ਨਾਲ ਬਿਤਾਇਆ ਗੁਜ਼ਾਰਿਆ ਉਹ ਕਦੀ ਵਕਤ ਨਹੀਂ ਆ ਸਕਦਾ। ਜਿਵੇਂ ਦੱਸਿਆ ਸੀ ਉਹਨਾਂ ਨੇ ਕਿ ਸੂਰਜ ਚੜ੍ਹਦਾ ਅਤੇ ਡੁੱਬਦਾ, ਚੜ੍ਹਦਾ ਅਤੇ ਡੁੱਬਦਾ ਹੈ, ਸੁਬਹ ਹੋਤੀ ਹੈ ਸ਼ਾਮ ਹੋਤੀ ਹੈ, ਯੂੰ ਹੀ ਜ਼ਿੰਦਗੀ ਤਮਾਮ ਹੋਤੀ ਹੈ। ਇੱਕ ਦਿਨ ਚੜ੍ਹਦਾ ਇੱਕ ਦਿਨ ਲੈ ਜਾਂਦਾ, ਦੁਬਾਰਾ ਉਹ ਵੇਲਾ ਹੱਥ ਨਹੀਂ ਆਉਂਦਾ। ਇਸ ਕੋ ਮਜਬੂਰੀ ਹੈ ਆਲਮ ਕਾ ਸਿਲਾ ਕਹਿੰਦੇ। ਲਮਹਾਤ ਜੋ ਗੁਜ਼ਰ ਗਏ ਵਾਪਸ ਨਾ ਆ ਸਕੇ, ਜੋ ਲਮਹੇ ਗੁਜ਼ਰ ਜਾਂਦੇ ਹਨ ਜਿਹੜਾ ਟਾਈਮ ਲੰਘ ਜਾਂਦਾ ਹੈ ਉਹ ਪਰਤ ਕੇ ਨਹੀਂ ਆਇਆ। ਜਿਹੜਾ ਪਾਣੀ ਦਰਿਆ 'ਚੋਂ ਸਮੁੰਦਰ 'ਚੋਂ ਰੇਤ 'ਚੋਂ ਟੂਟੀ 'ਚੋਂ ਲੰਘ ਜਾਂਦਾ ਹੈ ਉਹ ਪਾਣੀ ਵਾਪਸ ਨਹੀਂ ਆਉਂਦਾ। ਇਹੋ ਹੀ ਟਾਈਮ ਸਾਡੇ ਕੋਲ ਹੈ ਜ਼ਿੰਦਗੀ ਦਾ, ਮੁਖਤਸਰ ਥੋੜ੍ਹਾ ਜਿਹਾ ਟਾਈਮ। ਕੋਈ ਕਹਿ ਸਕੇ ਅਸੀਂ ਕੀ